ਵੱਡੀ ਗਿਣਤੀ ਦੇ ਵਿੱਚ ਪੁਲਿਸ ਕਰਮੀ ਮੌਜੂਦ ਨੇ। ਦਰਸਲ ਮਾਮਲਾ ਹੈ ਸੰਗਰੂਰ ਜ਼ਿਲ੍ਹੇ ਦੇ ਪਿੰਡ ਅਕੋਈ ਸਾਹਿਬ ਦਾ, ਜਿੱਥੇ ਪੁਲਿਸ ਕਰਮੀ ਇੱਕ ਨਜਾਇਜ਼ ਉਸਾਰੀ ਨੂੰ ਹਟਾਉਣ ਦੇ ਲਈ ਪਹੁੰਚੇ ਸਨ, ਜਿਸ ਤੋਂ ਬਾਅਦ ਪਿੰਡ ਵਾਲੇ ਅਤੇ ਕਿਸਾਨ ਯੂਨੀਅਨ ਨੇ ਭਾਰੀ ਵਿਰੋਧ ਕੀਤਾ। ਧੱਕਾ ਮੁੱਕੀ ਵੀ ਹੋਈ। ਦੱਸਦੇ ਹੈ ਕਿ ਪਿੰਡ ਦੇ ਵਿੱਚ ਵਿਧਵਾ ਬਜ਼ੁਰਗ ਰਹਿੰਦੀਆਂ ਨੇ, ਜਿਨ੍ਹਾਂ ਦੇ ਘਰਾਂ ਦਾ ਕੁਝ ਹਿੱਸਾ ਨਜਾਇਜ਼ ਉਸਾਰੀ ਅਧੀਨ ਆਉਂਦਾ ਹੈ, ਜਿਸ ਨੂੰ ਹਟਾਉਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਪਹੁੰਚਿਆ। ਧੱਕਾ ਮੁੱਕੀ ਵੀ ਹੋਈ ਤੇ ਪਿੰਡ ਵਾਲਿਆਂ ਨੇ ਪੁਲਿਸ ਦਾ ਵਿਰੋਧ ਵੀ ਕੀਤਾ। ਮੇਰਾ ਨਾਮ ਮਨਜੀਤ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਹਿਆਂ ਦਾ ਪ੍ਰਧਾਨ ਹਾਂ ਮੈਂ ਮਨਜੀਤ ਸਿੰਘ ਕਰਾਚੋ। ਮਨਜੀਤ ਸਿੰਘ ਜੀ, ਇੱਥੇ ਅਕੋਈ ਸਾਹਿਬ ਵਿਖੇ ਦੋ ਮਕਾਨਾਂ ਦਾ ਕਬਜ਼ਾ ਲੈਣ ਆਇਆ ਸੀ ਪ੍ਰਸ਼ਾਸਨ, ਕਿੱਦਾਂ ਦੇ ਹਾਲਾਤ ਸੀ, ਕਦੋਂ ਪਤਾ ਲੱਗਿਆ, ਲੋਕਾਂ ਦੇ ਕੀ ਕਹਿਣਾ ਪਿੰਡ ਦੇ ਲੋਕਾਂ ਦਾ? ਇਹ ਲਗਭਗ 5:30 ਵਜੇ ਇਹਨਾਂ ਨੇ ਪੂਰਨ ਤੌਰ 'ਤੇ ਵੱਡਾ ਹਮਲਾ ਇਸ ਘਰਾਂ 'ਤੇ ਕੀਤਾ। ਬਹੁਤ ਮੰਦਭਾਗੀ ਗੱਲ ਹੈ ਜਿਹੜੀ ਇਹ ਸਰਕਾਰ ਇੱਥੇ ਦੀ ਭਗਵੰਤ ਮਾਨ ਦੀ ਇਹ ਕਹਿੰਦੀ ਹੈ ਵੀ ਅਸੀਂ ਕਿਸੇ ਦਾ ਘਰ ਨਹੀਂ ਢਾਉਂਦੇ, ਸੁੱਤੇ ਪਏ ਲੋਕਾਂ 'ਤੇ ਹਮਲਾ ਕੀਤਾ ਜੀ। ਅੱਜ ਪਿੰਡ ਦੇ ਲੋਕ ਜਾਣੀ ਕਿ ਤਕੜੇ ਨਾ ਹੁੰਦੇ, ਇਹ ਵਿਧਵਾ ਔਰਤਾਂ ਦਾ ਦੋਨਾਂ ਦਾ ਮਕਾਨ ਢਾਣ ਦੇ, ਬਹੁਤ ਸ਼ਰਮ ਵਾਲੀ ਗੱਲ ਹੈ। ਇੱਥੇ ਦੀ ਜਿਹੜੀ SDM ਹੈ ਉਹ ਪੂਰਨ ਤੌਰ 'ਤੇ ਖਤਰਨਾਕ ਰੋਲ ਅਦਾ ਕਰ ਰਹੀ ਹੈ। ਇੱਕ ਔਰਤ ਹੋਣ ਦੇ ਨਾਤੇ ਇਹ ਔਰਤਾਂ ਦੀ ਰਾਖੀ ਕਰਨ ਦੇ ਬਾਵਜੂਦ ਇਹਨਾਂ ਦੇ ਘਰ ਢਹਾ ਰਹੀ ਹੈ। ਸਰਕਾਰ ਚਿੱਟੇ ਵਾਲਿਆਂ ਕਨੀ ਧਿਆਨ ਨਹੀਂ ਦਿੰਦੀ, ਘਰਾਂ ਕਨੀ ਧਿਆਨ ਦੇ ਰਹੀ ਹੈ। ਪਹਿਲਾਂ ਜਲੰਧਰ ਦੇ ਵਿੱਚ ਵੱਡੇ ਪੱਧਰ 'ਤੇ ਘਰ ਢਾਹੇ ਨੇ ਅਤੇ ਹੁਣ ਇਕੱਲਾ ਇਕੱਲਾ ਘਰ ਚੁਣ ਕੇ ਢਾ ਰਹੀ ਹੈ ਸਰਕਾਰ। ਇੱਕ ਪਾਸੇ ਹੜ੍ਹਾਂ ਦੀ ਪੀੜਤ ਲੋਕ ਨਹੀਂ ਇਹਨਾਂ ਨੂੰ ਦਿਖ ਰਹੇ, ਇਹਨਾਂ ਨੂੰ ਇਹ ਦੋ ਮਕਾਨ ਦਿਖ ਰਹੇ ਨੇ ਜਿਨ੍ਹਾਂ 'ਤੇ ਵਾਰ ਵਾਰ ਹਮਲਾ ਕਰ ਰਹੇ ਨੇ। ਬਹੁਤ ਸ਼ਰਮ ਦੀ ਗੱਲ ਹੈ। ਕਹਿਣ ਵਾਲੀਆਂ ਗੱਲਾਂ ਕੁਛ ਹੋਰ ਨੇ। ਕੱਲ੍ਹ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਭਗਵੰਤ ਮਾਨ ਇਹ ਕਹਿੰਦਾ ਵੀ ਕਿਸੇ ਦਾ ਮਕਾਨ ਖਾਲੀ ਨਹੀਂ ਕਰਾਇਆ ਜਾਊਗਾ, ਮਕਾਨ ਨੌਂ ਕਰਾਇਆ ਜਾਊਗਾ। ਜਾਣੀ ਕਿ ਅਖਬਾਰੀ ਗੱਲਾਂ ਕੁਛ ਹੋਰ ਨੇ। ਗਰਾਊਂਡ ਲੈਵਲ 'ਤੇ ਇਹਦੀ ਫੋਰਸ 200 ਬੰਦਾ ਘੱਟੋ ਘੱਟ ਇੱਥੇ ਹਮਲਾ ਕਰਨ ਆਇਆ। ਬੈਣ ਤਰੀਕੇ ਨਾਲ ਪਿੰਡ ਨੇ ਲੜਕੇ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਇਹਨਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਇੱਥੋਂ ਭਜਾਏ। ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਭਵਾਨੀਗੜ੍ਹ ਦਾ ਮੀਤ ਪ੍ਰਧਾਨ ਹੈ। ਹਰਜੀਤ ਸਿੰਘ ਜੀ, ਅੱਜ ਤੁਸੀਂ ਅਕੋਈ ਸਾਹਿਬ ਪਹੁੰਚੇ ਹੋ, ਕਿੱਦਾਂ ਦੇ ਹਾਲਾਤ ਨੇ ਇਸ ਪਿੰਡ ਦੇ? ਭਾਰੀ ਫੋਰਸ ਆਈ ਸੀ, ਕੀ ਗੱਲਬਾਤ ਹੋਈ ਉਹਨਾਂ ਨਾਲ? ਅੱਜ ਸਵੇਰੇ 5:30 ਵਜੇ ਦੋ ਸਾਡੀਆਂ ਵਿਧਵਾ ਭੈਣਾਂ ਦੇ ਘਰ ਢਹਾਉਣ ਵਾਸਤੇ ਵੱਡੀ ਗਿਣਤੀ ਦੇ ਵਿੱਚ ਫੋਰਸ ਪਹੁੰਚੀ ਹੈਗੀ, ਜਿਨ੍ਹਾਂ ਨੇ ਸਵੇਰੇ ਸੁੱਤੇ ਪਏ ਲੋਕਾਂ ਨੂੰ ਦੱਬ ਕੇ ਇਹ ਘਰ ਢਾਉਣ ਦੀ ਕੋਸ਼ਿਸ਼ ਕੀਤੀ। ਅਤੇ ਜਿਹੜੀ ਵੱਡੀ ਗਿਣਤੀ ਦੇ ਵਿੱਚ ਫੋਰਸ ਆਈ, ਇੱਕ ਪਾਸੇ ਘਰ ਢਾਉਣ ਵਾਸਤੇ ਇਹਨਾਂ ਕੋਲ ਬਹੁਤ ਵੱਡੀ ਗਿਣਤੀ ਦੇ ਵਿੱਚ ਫੋਰਸਾਂ ਨੇ, ਦੂਜੇ ਪਾਸੇ ਇਹਨਾਂ ਥਾਣਿਆਂ ਦੇ ਸਾਹਮਣੇ, ਇਹਨਾਂ ਚੌਂਕੀਆਂ ਦੇ ਸਾਹਮਣੇ ਗੁਆਂਢ ਦੇ ਨਾਲ ਬਿਲਕੁਲ ਲੁੱਟਾਂ ਖੋਹਾਂ ਰੋਜ਼ ਹੋ ਰਹੀਆਂ ਨੇ, ਚੋਰੀਆਂ ਹੋ ਰਹੀਆਂ ਨੇ, ਲੋਕਾਂ ਤੋਂ ਰਾਹ ਜਾਂਦੇ ਤੋਂ ਲੁੱਟ ਲੈਂਦੇ ਨੇਗੇ। ਉੱਥੇ ਵਾਸਤੇ ਪੁਲਿਸ ਨਹੀਂ ਹੈਗੀ, ਥਾਣਿਆਂ ਦੇ ਵਿੱਚ ਥਾਣੇ ਖਾਲੀ ਪਏ ਨੇ, ਕੋਈ ਮੁਲਾਜ਼ਮ ਨਹੀਂ ਹੈਗਾ। ਕੋਈ ਰਾਬਟ ਲਿਖਾਉਣ ਜਾਵੇ, ਕੰਪਲੇਂਟ ਕਰਨ ਜਾਵੇ, ਉੱਥੋਂ ਕੋਈ ਮੁਲਾਜ਼ਮ ਨਹੀਂ ਮਿਲਦਾ ਹੈਗਾ। ਅਤੇ ਇੱਧਰ ਕਬਜ਼ੇ ਲੈਣ ਵਾਸਤੇ ਸਵੇਰੇ 5:00 ਵਜੇ 200 ਦੀ ਗਿਣਤੀ ਦੇ ਵਿੱਚ ਸਵੇਰੇ ਫੋਰਸ ਭੇਜਿਆ। ਇੱਥੇ ਦੀ ਜਿਹੜੀ SDM ਹੈਗੀ ਰਮਨੀਤ ਕੌਰ ਸੇਖੋਂ, ਉਹ ਬਹੁਤ ਹੀ ਇੱਕ ਘਟੀਆ ਰੋਲ ਅਦਾ ਕਰ ਰਹੀ ਹੈਗੀ। ਇੱਕ ਪਾਸੇ ਵਿਧਵਾ ਭੈਣਾਂ ਦਾ ਦਰਦ ਤਾਂ ਕੀ ਬਣਾਉਣਾ ਗਾ, ਦੂਜਾ ਇਹਨਾਂ ਦਾ ਘਰ ਢਹਾਉਣ ਵਾਸਤੇ ਬਹੁਤ ਵੱਡੀ ਤਾਕਤ ਝੋਕੀ ਹੋਈ ਆ ਉਹਨੇ ਸਵੇਰੇ। ਮਤਲਬ ਪ੍ਰਸ਼ਾਸਨ ਨੂੰ ਇਹ ਹਦਾਇਤਾਂ ਕਰਕੇ ਭੇਜੀਆਂ ਵੀ ਚਾਹੇ ਬੰਦੇ ਮਰ ਜਾਣ, ਘਰ ਢਾ ਕੇ ਆਉਣਾ ਹੈਗਾ। ਇਸ ਕਰਕੇ ਜਦੋਂ ਲੋਕਾਂ ਦਾ ਰੋਹ ਦੇਖਿਆ ਤਾਂ ਅਸੀਂ ਖੜ੍ਹੇ ਆ ਗਏ ਮੂਹਰੇ। ਅਸੀਂ ਪ੍ਰਸ਼ਾਸਨ ਨੂੰ ਕਿਹਾ ਵੀ ਠੀਕ ਆ, ਸਾਡੇ ਗੋਲੀਆਂ ਮਾਰ ਦਿਉ, ਸਾਡੇ ਉੱਥੋਂ ਦੀ ਲੰਘ ਜਾਓ ਜੇ ਸੀ ਬੀ ਲਾ ਕੇ, ਫਿਰ ਤਾਂ ਇਹ ਘਰ ਢਾ ਸਕਦੇ ਹੋ, ਨਹੀਂ ਘਰ ਨਹੀਂ ਢਾਉਣ ਦਿਆਂਗੇ। ਇਸ ਕਰਕੇ ਇੱਥੇ ਦੀ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਹਾਂ ਵੀ ਖਬਰਦਾਰ ਹੋ ਜੇ, ਹਰਗਜ ਵੀ ਕਿਸੇ ਦਾ, ਗਰੀਬ ਦਾ, ਮਜ਼ਦੂਰ ਦਾ, ਕਿਸੇ ਦਾ ਘਰ ਨਹੀਂ ਢਾਉਣ ਦੇਵਾਂਗੇ, ਕਿਸੇ ਨਾਲ ਧੱਕਾ ਨਹੀਂ ਹੋਣ ਦੇਵਾਂਗੇ ਕਿਸੇ ਮੁਲਾਜ਼ਮ ਨਾਲ। ਅੱਜ ਮੀਡੀਆ ਦਾ ਮੂੰਹ ਬੰਦ ਕੀਤਾ ਜਾ ਰਿਹਾ, ਮੀਡੀਆ ਨੂੰ ਇੰਨਾ ਮਤਲਬ ਤਸ਼ੱਦਦ ਕੀਤਾ ਜਾ ਰਿਹਾ, ਪਰਚੇ ਪਾਏ ਜਾ ਰਹੇ ਨੇ ਜੇ ਕੋਈ ਹੱਕ ਸੱਚ ਦੀ ਖਬਰ ਦਿਖਾਉਂਦਾ ਹੈਗਾ। ਇਸ ਕਰਕੇ ਇਹ ਭਗਵੰਤ ਮਾਨ ਨਰਿੰਦਰ ਮੋਦੀ ਤੋਂ ਗਾਂਹ ਲੰਘ ਚੁੱਕਿਆ ਹੈਗਾ। ਇਸ ਕਰਕੇ ਇੱਥੇ ਦੇ ਕਲਮਕਾਰਾਂ ਨੂੰ, ਇੱਥੇ ਦੇ ਪੱਤਰਕਾਰਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਇੱਥੇ ਦਾ ਇਹ ਸਰਕਾਰ ਦਾ ਤਾਨਾਸ਼ਾਹੀ ਰਵੱਈਆ, ਇਹ ਰਵੱਈਆ ਬਿਲਕੁਲ ਇੱਥੇ ਦੀ ਲੋਕ ਲਹਿਰ ਨਹੀਂ ਚੱਲਣ ਦੇਊਗੀ। ਇਹ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਖਬਰਦਾਰ ਹੋ ਜਾਏ ਇਸ ਗੱਲ ਤੋਂ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਕਰਮਜੀਤ ਕੌਰ, ਪਿੰਡ ਰਾਏ। ਕਰਮਜੀਤ ਜੀ, ਇੱਥੇ ਜੋ ਅੱਜ ਸਵੇਰੇ 5:00 ਵਜੇ ਪੁਲਿਸ ਫੋਰਸ ਆਈ ਸੀ, ਕੀ ਹਾਲਾਤ ਬਣੇ ਹੋਏ ਸੀ, ਕੀ ਜਿਹੜਾ ਕਹਿਣਾ ਚਾਹੁੰਦੇ ਸੀ ਸਰਕਾਰ? ਇੱਥੇ ਹਾਲਾਤ ਬਹੁਤ ਭੈੜੇ ਬਣੇ ਹੋਏ ਸੀਗੇ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ SDM ਰਮਨੀਤ ਕੌਰ ਸੇਖੋਂ ਹੈਗੀ ਜਿਹੜੀ, ਜਿੱਥੇ ਚੋਰੀਆਂ ਡਕੈਤੀਆਂ ਹੁੰਦੀਆਂ ਨੇਗੀਆਂ ਉੱਥੇ ਤਾਂ ਇਹ ਫੋਰਸ ਜਾਂਦੀ ਨਹੀਂ। ਜਦੋਂ ਇਸ ਕੋਈ FRI ਦਰਜ ਕਰਾਉਣੀ ਹੁੰਦੀ ਹੈ ਪਿੰਡਾਂ ਦੇ ਵਿੱਚੋਂ, ਉਦੋਂ ਤਾਂ ਉੱਥੇ ਕੋਈ ਮੁਲਾਜ਼ਮ ਨਹੀਂ ਹੁੰਦਾ। ਜਦੋਂ ਇਹ ਘਾਟ ਹੋਣੇ ਹੁੰਦੇ ਨੇ, ਕੁਰਕੀਆਂ ਕਰਨੀਆਂ ਹੁੰਦੇ ਨੇ, ਤਾਂ 200-200 ਪ੍ਰਸ਼ਾਸਨ ਦਾ ਜਿਹੜਾ ਬੰਦਾ ਇੱਥੇ ਆਉਂਦਾ। ਅੱਜ ਸਵੇਰੇ 5:30 ਵਜੇ ਸੁੱਤੇ ਪਏ ਸੀ ਪਰਿਵਾਰ ਦੇ ਮੈਂਬਰ, ਜਦੋਂ ਸਾਡੇ ਕੋਲ ਫੋਨ ਗਏ ਨੇਗੇ, ਸੁੱਤੇ ਪਿਆਂ ਨੂੰ ਦੱਬਿਆ ਇਹਨਾਂ ਨੂੰ ਆ ਕੇ, ਘਾਟ ਹੋਣ ਵੇਲੇ ਇਹਨਾਂ ਕੋਲ ਇੰਨੀਆਂ ਫੋਰਸਾਂ ਆ ਜਾਂਦੀਆਂ ਨੇਗੀਆਂ। ਅਸੀਂ ਇਹ SDM ਰਮਨੀਤ ਕੌਰ ਨੂੰ ਦੱਸਣਾ ਚਾਹੁੰਦੇ ਹਾਂ ਵੀ ਤੂੰ ਇੱਕ ਔਰਤ ਹੋ ਕੇ ਔਰਤਾਂ 'ਤੇ ਅੱਤਿਆਚਾਰ ਕਰਦੀ ਹੈਗੀ, ਤੂੰ ਇਹ ਫੈਸਲੇ ਨੇ ਜਿਹੜੇ ਇਹ ਵਿਚਾਰਾਂ ਦੀ ਲੜਾਈ ਨਾਲ ਵੀ ਲੜ ਸਕਦੀ ਹੈਗੀ। ਕੋਈ
असी कहने भी ये परिवार अपने जड़ा हो सकता भी होवे ये बैठ के गलबात करने तैयार ने गे आए थोड़ी हुंदा भी इंफॉर्मेशन करे तो बगैर आके जड़िया दो विधवा औरतां नहीं गए इन्हां दे सिर ते बंदा नहीं आके सुते पियां दब के इन्हां नूं घरों भांडे मजदूर भी नाल लैके आए सी भी भांडे बाहर सिटांगे मकान ढाहांगे ये तो साडियां जथेबंदी दीआं औरतां अगे खड़ियां पिंड दा सहयोग वड्डा हैगा आके इत्थे थम्म बन के खड़े भी साडे चाहे गोली लग जाए ये साडी जथेबंदी दा असूल असीं जान दे दांगे पर किसे दे असीं घर दी कुरकी नहीं होण देवांगे क्योंकि जिहड़ी सरकार हैगी साडी पब्लिक दे बहुत मगर पई हुई हैगी हुण इह जिहड़ी सरकार है वोटां लैके बन जांदी है कहिंदी ती मैं गली गली महल्ले महल्ले दे विचों चलूंगी पर इह तां अपनी इह जिहड़ी ड्यूटी आ भुल गई हुण इह जिहड़ियां साडियां औरत भैणां जथेबंदी दे विच ने इह ड्यूटी निभाउंदियां नेगियां चाहे साडी जान भी चली जावे असीं किसे दा घर नहीं ढाउण देवांगे ते ना असीं जमीनां दीआं घरां दीआं कुरकियां होण देवांगे असीं अपनी जान ते खेड के इह जिहड़ियां भैणां ने इहनां दी मदद वास्ते थम्म बन के अगे खड़े आं असीं इस टीम नूं दसणा चाहुंदे आं वी इक औरत हो के औरतां वाले कम कर औरतां दा सहयोग दे बहि के विचारां दी लड़ाई लड़ 200 बंदा प्रशासन दा इत्थे भेजता इहनूं हड़ां नहीं मारे हेठां जिहड़े लोक आए ने जां रोज़ छोटी जी चिट्टे दी सरिंज नाल साडे नौजवान बच्चे मर रहे ने उधर ध्यान दे उत्थे पुलिस नूं भेज आ साडा सहयोग दे साडी जथेबंदी नशां दे विरुद्ध भी हुण लड़ रही हैगी 6 तरीक नूं असीं नशां दे विरुद्ध SDM दफ्तरां दे अगे वड्डे मुजाहरे करके असीं जिहड़े ने इह मंग पत्र दे रहे आं इह जिहड़ी पुलिस हैगी इह कुछ नहीं कर रही इह जथेबंदी दी ड्यूटी बन गई असीं ना किसे नूं घरों बेघर होण दईए ना नशे नाल नौजवानां नूं मरन दईए इन्ना कहिंदे होए दरवाजा खड़काया ढो वो होया पिंड दे सहयोग नाल असीं थोड़ी जी हिम्मत वो करी ते बस आई थी असं तो सुते पई थी मतलब सुते पे दोनों दराणी जठाणी थी बस जो पुलिस आई असं झंडा लेके खड़ गया मूहरे इतने पिंड दे आ गए पिंड दे उन्होंने अंदर नहीं बढ़ना दिता असं दोनों दराणी जठाणी बार च खड़िया रही साढ़े सिर पर कोई बंदा है नहीं गा भीरे बच्चे साढ़े न्याणे ने बस सरकार सू पता ही है भीरे जिथे चिट्टा बिकता गा जिथे इन फसलां खराब होंगे ने उत्थे मदद कर देन ये साढ़े घर हूँ तो आ गए एक साढ़े असं बच्चे पाल रहे 50 साल तो असं उरे रहे रहे साढ़े बच्चे सानू पाल लैन दो उधर ध्यान देवे जे चिट्टे नाल कले कले पुत मुक रहे ने। संगरूर तो ब्यूरो रिपोर्ट N7 न्यूज़।